ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਵਿੰਦਰ ਸਿੰਘ ਅਤੇ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ ਇਸ ਯੂਟਿਊਬ ਚੈਨਲ ਵਿੱਚ। ਅੱਜ ਦੇ ਸਫ਼ਰ ਵਿੱਚ ਆਪਾਂ ਦੇਖਾਂਗੇ ਪਿੰਡ ਚੌੜਾ ਢੀਂ ਅਤੇ ਗੁਜਰਪੁਰ ਕਲਾਂ, ਅਤੇ ਆਓ ਚੱਲਦੇ ਹਾਂ। ਇਹ ਆਪਾਂ ਪਹੁੰਚ ਚੁੱਕੇ ਹਾਂ ਸੰਤ ਨਿਰੰਕਾਰੀ ਸਤਸੰਗ ਭਗਵਾਨ, ਜੋ ਕਿ ਪਹਿਲਾਂ ਸ਼ਹਿਰ ਦੇ ਵਿੱਚ ਹੀ ਹੁੰਦਾ ਸੀ ਅਤੇ ਹੁਣ ਇਸ ਦੀ ਉਸਾਰੀ ਜੋ ਹੈ ਸ਼ਹਿਰ ਤੋਂ ਬਾਹਰ ਕੀਤੀ ਗਈ ਹੈ ਅਤੇ ਕਾਫ਼ੀ ਖੁੱਲ੍ਹਾ ਡੁੱਲਾ ਹੈ। ਇਹ ਸੜਕ ਜਾਂਦੀ ਹੈ ਜੀ ਪਿੰਡ ਡੇਰੋਂ ਨੂੰ, ਡੇਰੋਂ ਦੇ ਵਿੱਚੋਂ ਵੀ ਆਪਾਂ ਕੀ ਕਰ ਸਕਦੇ ਹਾਂ ਦਿਨਵਾਲ ਨੂੰ ਜਾ ਸਕਦੇ ਹਾਂ। ਦਿਨਵਾਲ ਤੋਂ ਵੀ ਅਸੀਂ ਵਸਿਆਲਾ ਹੁੰਦੇ ਹੋਏ, ਰਸੂਲਪੁਰ ਹੁੰਦੇ ਹੋਏ, ਯਾਲਾਚੌਰ ਹੁੰਦੇ ਹੋਏ ਨਵਾਂਸ਼ਹਿਰ ਜਾ ਸਕਦੇ ਹਾਂ। ਅਤੇ ਇਹ ਜੀ ਗੁਰਦੁਆਰਾ ਸ਼ਹੀਦਾਂ ਜਿਹਨੂੰ ਆਪਾਂ ਜਾਣਦੇ ਹਾਂ ਬਾਬਾ ਮੱਤ ਦੇ ਨਾਮ ਨਾਲ, ਅਤੇ ਇਸ ਤੋਂ ਅੱਗੇ ਜੋ ਰੋਡ ਜਾਂਦੀ ਹੈ ਉਹ ਜਾਂਦੀ ਹੈ ਸੱਜੇ ਪਾਸੇ ਨੂੰ ਫਤਿਹਪੁਰ ਕਲਾਂ ਨੂੰ। ਅਤੇ ਇਹ ਜਿਹੜੀ ਜੋ ਸੜਕ ਸੱਜੇ ਪਾਸੇ ਜਾ ਰਹੀ ਹੈ ਜਾਂਦੀ ਹੈ ਪਿੰਡ ਫਤਿਹਪੁਰ ਕਲਾਂ, ਅਤੇ ਆਪਾਂ ਕਿਸੇ ਦਿਨ ਇੱਧਰ ਨੂੰ ਵੀ ਜਾਵਾਂਗੇ ਘੁੰਮਣ। ਅਤੇ ਇਹ ਜੋ ਖੱਬੇ ਪਾਸੇ ਗੇਟ ਦਿਖ ਰਿਹਾ ਹੈ ਇਹ ਰੋਡ ਜਾਂਦੀ ਹੈ ਜੀ ਸਿੱਧਾ ਪਿੰਡ ਦਿਨਵਾਲ ਨੂੰ। ਅਤੇ ਇਹ ਹੈ ਜੀ ਫਲੋਰ ਮਿਲ, ਅਤੇ ਇਸ ਦੇ ਨਾਲ ਜੋ ਸੜਕ ਜਾ ਰਹੀ ਹੈ ਇਹ ਜਾਂਦੀ ਹੈ ਸਿੱਧੀ ਪਿੰਡ ਡਗਾਮ ਨੂੰ। ਸੋ ਇਹ ਬਹੁਤ ਹੀ ਵਧੀਆ MP ਰਿਜ਼ੋਰਟਸ, ਜੋ ਕਿ ਇਸ ਏਰੀਆ ਦੇ ਵਿੱਚ ਵਿਆਹ ਸ਼ਾਦੀਆਂ ਲਈ ਕਾਫ਼ੀ ਪਾਪੂਲਰ ਹੈ।
ਇਹ ਹੈ ਜੀ ਚੌੜਾ ਪਿੰਡ ਦਾ ਬੱਸ ਸਟੈਂਡ ਜੋ ਕਿ ਬੰਗਾ ਵੱਲ ਨੂੰ ਸਾਂਝੀ ਹੋ ਸੜਕ 'ਤੇ ਹੈ, ਅਤੇ ਹੁਣ ਆਪਾਂ ਚੱਲਾਂਗੇ ਪਿੰਡ ਚੌੜੇ ਨੂੰ ਪਹਿਲਾਂ, ਅਤੇ ਇਸ ਤੋਂ ਬਾਅਦ ਜਾਵਾਂਗੇ ਆਪਾਂ ਪਿੰਡ ਭੀਮ। ਇਹ ਹੈ ਜੀ ਪਿੰਡ ਚੌੜੇ ਦਾ ਮਿਡਲ ਸਕੂਲ, ਅਤੇ ਇਸ ਤੋਂ ਬਾਅਦ ਆਪਾਂ ਖੱਬੇ ਹੱਥ ਪਿੰਡ ਵੱਲ ਨੂੰ ਜਾ ਕੇ ਪਿੰਡ ਦਾ ਗੇੜਾ ਇੱਕ ਲਗਾ ਕੇ ਜਾਵਾਂਗੇ ਪਿੰਡ ਈਨ ਨੂੰ। ਜਿਹੜੀ ਖੱਬੇ ਪਾਸੇ ਨੂੰ ਰੋਡ ਜਾ ਰਹੀ ਹੈ ਜੀ ਫਿਰ ਤੋਂ ਪਿੰਡ ਬੱਸੇ ਵਾਲੇ ਨੂੰ, ਅਤੇ ਆਪਾਂ ਜਾਵਾਂਗੇ ਸੱਜੇ ਹੱਥ ਕਿੱਥੋਂ ਕਿ ਆਪਾਂ ਜਾਵਾਂਗੇ ਫਿਰ ਪਿੰਡ ਭੀਮ ਨੂੰ।
ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਭੀਣ। ਇੱਥੋਂ ਆਪਾਂ ਜਾਵਾਂਗੇ ਸੱਜੇ ਹੱਥ ਜੱਬੋਵਾਲ ਵਾਲੇ ਰੋਡ 'ਤੇ, ਅਤੇ ਫਿਰ ਤੋਂ ਅਸੀਂ ਖੱਬੇ ਹੱਥ ਤੋਂ ਮੁੜ ਕੇ ਕੀ ਕਰਾਂਗੇ ਪਿੰਡ ਦਾ ਇੱਕ ਗੇੜਾ ਲਗਾ ਕੇ ਸਿੱਧਾ ਜਾਵਾਂਗੇ ਪਿੰਡ ਗੁੱਜਰਪੁਰ ਨੂੰ। ਅਤੇ ਇਹ ਹੈ ਪਿੰਡ ਦੀ ਜੋ ਗਰਾਊਂਡ ਸੀ, ਅਤੇ ਇਸ ਤੋਂ ਬਾਅਦ ਆਪਾਂ ਸੱਜੇ ਹੱਥ ਨੂੰ ਮੁੜ ਗਏ ਹਾਂ।
ਛੇ ਪਹੁੰਚ ਚੁੱਕੇ ਹਾਂ ਆਪਾਂ ਪਿੰਡ ਗੁੱਜਰਪੁਰ ਕਲਾਂ। ਗੁੱਜਰਪੁਰ ਕਲਾਂ 'ਚ ਘੁੰਮ ਕੇ ਆਪਾਂ ਫਿਰ ਕਿੱਥੇ ਜਾਵਾਂਗੇ? ਡਾਇਰੈਕਟਲੀ ਨਵਾਂ ਸ਼ਹਿਰ ਨੂੰ। ਸੋ ਸੱਜੇ ਹੱਥ 'ਚ ਜੋ ਦਿਖ ਰਹੀ ਹੈ ਬਿਲਡਿੰਗ, ਇਹ ਕੀ ਹੈ? ਸ਼ੂਗਰ ਮਿੱਲ ਨਵਾਂ ਸ਼ਹਿਰ। ਇਸ ਤੋਂ ਅੱਗੇ ਆਉਣਗੇ ਜੀ ਪਾਪੂਲਰ ਕੁਛ ਹੋਰ ਇੰਸਟੀਚਿਊਟ, ਜਿੱਦਾਂ ਟੱਚ ਸਟੋਨ ਹੋ ਗਿਆ। ਇਸ ਤੋਂ ਇਲਾਵਾ LIC ਦਾ ਆਫਿਸ ਵੀ ਇੱਧਰ ਹੀ ਹੈ।
ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।